ਜਦੋਂ ਪਹਿਲੀ ਮੀਟਿੰਗ ਲਈ ਸੀ ਉਹਦੇ ਕਿਹਾ ਸੀ ਵੀ ਮੈਂ ਤਾਂ MLA ਸਾਹਿਬਾਨ ਦਾ ਕਸਟੋਡੀਅਨ ਹਾਂ, ਵਿਧਾਨ ਸਭਾ ਦਾ ਕਸਟੋਡੀਅਨ ਹਾਂ, ਅਤੇ ਮੈਂ ਉਸ ਡਿਪਾਰਟਮੈਂਟ ਨੂੰ ਹਦਾਇਤ ਕੀਤੀ ਸੀ ਕਿ ਹਰੇਕ MLA ਦੇ ਕਮ ਸੇ ਕਮ ਹਲਕੇ ਦੇ ਵਿੱਚ ਇਸ ਤਰ੍ਹਾਂ ਦੀ ਐਕਟੀਵਿਟੀ ਕੀਤੀ ਜਾਵੇ, ਤਾਂ ਉਹਨਾਂ ਨੇ ਐਕਟੀਵਿਟੀ ਪਲਾਨ ਕੀਤੀਆਂ। ਸੋ ਪੰਜਾਬ ਸਰਕਾਰ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ, ਮਾਨ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ ਗੁਜ਼ਾਰਿਸ਼ ਕਰਦਾ ਵੀ ਆਪਾਂ ਇਸ ਉਪਰਾਲੇ ਨੂੰ ਤਕੜੇ ਹੋ ਕੇ ਕਰੀਏ ਤਾਂ ਕਿ ਪੰਜਾਬ ਨੂੰ ਆਪਾਂ ਮੁੜ ਤੋਂ ਹਰਿਆ ਭਰਿਆ। ਮੈਂ ਆਪਣੇ ਵਿਧਾਨ ਸਭਾ ਦੇ ਜਿਹੜੇ ਸਾਥੀ ਨੇ ਸ਼੍ਰੀ ਨਰੇਸ਼ ਕਟਾਰੀਆ ਜੀ MLA ਸਾਹਿਬ ਜੀਰਾ ਤੇ ਲਾਡੀ ਢੋਸ ਜੀ ਮਾਣਯੋਗ MLA ਧਰਮਕੋਟ ਔਰ ਸਾਡੇ ਸਾਰੇ ਸਾਥੀ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਜੀ, ਅਤੇ ਅਸੀਂ ਸਾਰੇ ਅੱਜ ਇੱਥੇ ਸਰਦਾਰ ਗੁਰਚਰਨ ਸਿੰਘ ਨੂਰਪੁਰ ਵੱਲੋਂ ਇੱਕ ਬੜੀ ਵਧੀਆ ਪਹਿਲ ਕੀਤੀ ਕਿ ਮੈਂ ਤਾਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹਨਾਂ 'ਤੇ ਮਿਹਰ ਹੋਈ। ਅਸੀਂ ਜਦੋਂ ਵੀ ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਇਹ ਲੱਗਦਾ ਵੀ ਅਸੀਂ ਗੁਰੂ ਦੇ ਦੱਸੇ ਹੋਏ ਰਾਹ 'ਤੇ ਚੱਲਣ ਦੀ ਗੱਲ ਕਰਦੇ ਹਾਂ। ਅੱਜ ਪੰਜਾਬ ਦੇ ਵਿੱਚ ਸਾਡਾ ਜਿਹੜਾ ਫੋਰੈਸਟ ਕਵਰ ਹੈ ਉਹ 3% ਤੋਂ ਵੀ ਥੱਲੇ ਚਲਾ ਗਿਆ, ਜਿਹੜਾ ਕਿ ਇਸਟੈਬਲਿਸ਼ਡ ਨੋਰਮ ਤੋਂ 10 ਗੁਣਾ ਘੱਟ ਹੈ। ਸੋ ਗੱਲਾਂ ਬਹੁਤ ਹੋ ਗਈਆਂ, ਹੁਣ ਪੰਜਾਬ ਨੂੰ ਵਾਤਾਵਰਨ ਬਚਾਉਣ ਵਾਲੇ ਪਾਸੇ ਨੂੰ ਤੁਰਨਾ ਪਏਗਾ। ਪਰ ਮੈਨੂੰ ਇਹ ਲੱਗਦਾ ਵੀ ਇਹ ਪਹਿਲ ਗੁਰਚਰਨ ਸਿੰਘ ਨੂਰਪੁਰ ਦੇ ਹਿੱਸੇ ਆਈ ਹੈ ਔਰ ਇਹਨਾਂ ਨੇ ਇੱਥੇ ਇੱਕ ਜੰਗਲ, ਇੱਕ ਮਿੰਨੀ ਜੰਗਲ ਜਿਹਨੂੰ ਕਹਿ ਸਕਦੇ ਆਪਾਂ, ਉਹ ਇੱਥੇ ਲਾਇਆ, ਲਾਉਣ ਦੀ ਸ਼ੁਰੂਆਤ ਕੀਤੀ ਹੈ। ਸੋ ਉਹਦੇ ਦਰਸ਼ਨ ਕਰਨ ਲਈ ਮੈਂ ਜਿੱਥੇ ਆਇਆ ਆਪਣੇ ਸਾਥੀਆਂ ਦੇ ਨਾਲ, ਮੈਨੂੰ ਇਹ ਲੱਗਦਾ ਵੀ ਹੁਣ ਜਦੋਂ ਇਹ ਪਹਿਲ ਹੋ ਗਈ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਆਪ ਸਾਡੇ ਤੇ ਮਿਹਰ ਕਰਨਗੇ ਤੇ ਅਸੀਂ ਪੰਜਾਬ ਨੂੰ ਫਿਰ ਹਰਿਆ ਭਰਿਆ ਹੱਸਦਾ ਨੱਚਦਾ ਗਾਉਂਦਾ ਪੰਜਾਬ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।